ਹੁਣ ਤੁਹਾਨੂੰ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਾ ਕੇ ਇੰਡੀਆ ਆਉਣ ਦੀ ਨਹੀਂ ਲੋੜ, ਹੁਣ ਤੁਹਾਨੂੰ ਆਪਣੇ ਮਾਮਿਆਂ ਤਾਇਆਂ ਚਾਚਿਆਂ ਨੂੰ ਇੱਥੇ ਭੇਜਣ ਦੀ ਵੀ ਨਹੀਂ ਲੋੜ। ਇੱਦਾਂ ਦੇ ਬਾਕਸ ਬਣ ਬਣ ਕੇ ਤੁਹਾਡੇ ਘਰਾਂ ਦੇ ਵਿੱਚ ਚੱਲ ਜਾਣੇ, ਚਾਹੇ ਤੁਸੀਂ ਅਮਰੀਕਾ ਆ, ਕੈਨੇਡਾ ਆ, ਯੂਕੇ ਹੋ, ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ, ਜਾਂ ਯੂਰਪ ਦੇ ਕਿਸੇ ਵੀ ਦੇਸ਼ 'ਚ ਹੈਗੇ ਆ, ਵਰਲਡਵਾਈਡ ਜਦੋਂ ਅਸੀਂ ਆਉਂਦੇ ਹਾਂ ਹਰ ਵਾਰ ਵਰਾਇਟੀ ਵੱਖਰੀ ਹੁੰਦੀ ਆ। ਅਤੇ ਵੱਡੀ ਗੱਲ ਆ ਵੀ ਜਿੰਨੇ ਵੀ ਸਾਡੇ ਵੀਰ ਹੈਗੇ ਆ ਨੌਜਵਾਨ, ਉਹ ਇੱਥੇ ਆ ਕੇ ਸ਼ੋਪਿੰਗ ਕਰ ਜਾਂਦੇ ਆ। ਅਤੇ ਆ ਸਾਰਾ ਨਵਾਂ ਸਟੋਕ ਹੀ ਆਇਆ ਸੀਗਾ, ਫਰੈਸ਼ ਨਵਾਂ ਹੁਣੇ ਹੀ ਪਹੁੰਚਿਆ, ਅਤੇ ਰੇਟ ਵਗੈਰਾ ਲੱਗ ਰਹੇ ਆ। ਸਾਡੇ ਕੋਲ ਇਸ ਵਿੱਚ ਸ਼ਰਟ ਹੈਗੀ ਆ, ਸ਼ਰਟ ਵਿੱਚ ਵੀ ਕਾਫੀ ਅਲੱਗ ਅਲੱਗ ਵਰਾਇਟੀ ਆ। ਪਹਿਲੇ ਇੱਕ ਆਹ ਕਲਰ ਇੱਕ ਆਇਆ ਬਰਬਰੀ ਵਿੱਚ, ਸ਼ਰਟ ਵਿੱਚ ਵਿੱਚ ਕਾਫੀ ਸੋਹਣਾ ਪੀਸ ਹੈ, ਡਬਲ ਪੋਕਿਟ ਸ਼ਰਟ, ਇਕਦਮ ਅਲੱਗ ਹੀ ਆਰਟੀਕਲ ਆ, ਇਕਦਮ ਵਧੀਆ ਆਰਟੀਕਲ, ਜੈਨੂਅਨ ਆਰਟੀਕਲ ਆ। ਇੱਕ ਆਈਡਾਸ ਦਾ ਲੋਅਰ ਆਇਆ, ਬਹੁਤ ਹੀ ਵਧੀਆ ਕੁਆਲਿਟੀ, ਅਤੇ ਇਸ ਵਿੱਚ ਵੀ ਤੁਹਾਨੂੰ ਅਲੱਗ ਅਲੱਗ ਡਿਜ਼ਾਈਨ ਅਤੇ ਅਲੱਗ ਅਲੱਗ ਕਲਰ ਮਿਲੂਗੇ, ਅਤੇ ਗਰਮੀਆਂ 'ਚ ਪਾਉਣ ਲਈ ਬਹੁਤ ਹੀ ਵਧੀਆ ਚੀਜ਼ ਹੈਗੀ ਹੈ। ਅਤੇ ਵਧੀਆ ਕੱਪੜੇ 'ਚ ਆਏ, ਕੋਈ ਨੋਰਮਲ ਕੱਪੜਾ ਲੱਗਾ ਹੋਇਆ। ਇੱਕ ਆਹ ਦੇਖੋ, ਬਹੁਤ ਹੀ ਸੋਹਣਾ ਪੀਸ, ਬਹੁਤ ਹੀ ਸੋਹਣਾ ਆਰਟੀਕਲ ਨਾਈਕੀ ਦਾ। ਫੈਸ਼ਨ ਦੇ ਦੌਰ ਦੇ ਵਿੱਚ ਆਪਣੇ ਚਾਲ ਆਉਣਾ ਚਾਹੁੰਦੇ ਆ ਵੀ ਅਸੀਂ ਵੀ ਬ੍ਰਾਂਡਡ ਕੱਪੜੇ ਪਾ ਲਈਏ, ਹੈ ਨਾ, ਜਿਵੇਂ ਹੀਰੋਜ਼ ਪਾਉਂਦੇ ਆ, ਮਾਡਲਸ ਪਾਉਂਦੇ ਆ, ਜਿਵੇਂ ਸਾਰੇ ਵਰਲਡਵਾਈਡ ਐਕਟਰਸ ਪਾਉਂਦੇ ਆ, ਉਹ ਹੀ ਸਾਨੂੰ ਡਿਜ਼ਾਈਨ ਦਿਖਾ ਰਹੇ ਆ। ਸਾਡੇ ਕੋਲ ਨਵਾਂ ਆਰਟੀਕਲ ਆ ਪਹੁੰਚਿਆ, ਇੱਕ ਕੋਲੋ ਟੀ ਸ਼ਰਟ 'ਚ ਹੈਕਟ ਦਾ ਹੈਗੀ ਚੀ ਪੀਸ ਹੈ, ਕਾਫੀ ਸੋਹਣਾ ਆਰਟੀਕਲ ਹੈ। ਇਸ ਵਿੱਚ ਵੀ ਤੁਹਾਨੂੰ M2XXL ਸਾਈਜ਼ ਅਤੇ ਕਲਰ ਸਾਰੇ ਮਿਲ ਜਾਊਗੇ। ਮਤਲਬ ਇਸ ਨੂੰ ਵੀ ਅੱਜ ਕੱਲ੍ਹ ਯੰਗਸਟਰ ਕਾਫੀ ਪਾਉਣ ਦੇ ਸ਼ੌਕੀਨ ਹੈ, ਅਤੇ ਇਸ ਨੂੰ ਕਾਫੀ ਵੇਅਰ ਕਰਦੇ, ਅਤੇ ਇਸ ਵਿੱਚ ਵੀ ਆਪ ਤੁਹਾਨੂੰ ਮਿਲ ਜਾਊਗੀ। ਅਤੇ ਇਸ ਵਿੱਚ ਇੱਕ ਹੋਰ ਵੀ ਆਰਟੀਕਲ ਹੈ ਬਟਨ ਸਟਾਈਲ, ਇਹਨੂੰ ਬੇਸਬਾਲ ਜਰਸੀ ਆਪਾਂ ਕਹਿ ਦਿੰਦੇ ਹਾਂ। ਆਪਾਂ ਤੁਹਾਨੂੰ ਦਿਖਾ ਦਿੰਦੇ, ਇਹ ਹੈਗਾ ਆ ਅੰਮ੍ਰਿਤਪਾਲ ਸਿੰਘ ਬਠਿੰਡਾ, ਬਠਿੰਡਾ ਤੋਂ ਇਹਨਾਂ ਨੇ ਸ਼ੋਪਿੰਗ ਕੀਤੀ ਆ, ਬਠਿੰਡੇ ਭੇਜਿਆ ਜਾ ਰਿਹਾ ਹੈਗਾ ਆ। ਆਹ ਜਿਹੜਾ ਹੈਗਾ ਆ ਹਰਮਨ ਸਿੰਘ ਬਰਨਾਲੇ ਭੇਜਿਆ ਜਾ ਰਿਹਾ ਹੈਗਾ ਆ। ਅੱਗੇ ਆਪਾਂ ਦੇਖ ਲਈਏ ਤਾਂ ਇਹ ਜਿਹੜਾ ਹੈਗਾ ਆ ਮਾਨਸਾ, ਇਹ ਭੇਜਿਆ ਜਾ ਰਿਹਾ। ਸੋ ਇਸ ਵਿੱਚ ਵੀ ਸਾਡੇ ਕੋਲ ਨਵਾਂ ਆਰਟੀਕਲ ਇੱਕ ਪਹੁੰਚਿਆ ਹੋਇਆ ਕਟਿੰਗ 'ਚ, ਕਟਿੰਗ 'ਚ ਸਟੇਟ ਪੈਂਟ ਸਾਡੇ ਕੋਲ ਆ ਪਹੁੰਚੀ ਆ ਨਵਾਂ ਆਰਟੀਕਲ। ਜਿਹੜੇ ਆਊਟ ਆਫ ਇੰਡੀਆ ਹੈਗੇ ਆ, ਬਾਹਰਲੇ ਮੁਲਕਾਂ 'ਚ ਬੈਠੇ ਆ, ਉਹਨਾਂ ਨੂੰ ਪਤਾ ਇਹਨਾਂ ਦੀ ਕੀ ਕੀਮਤ ਹੈਗੀ ਆ, ਪਰ ਤੁਹਾਨੂੰ ਜਿੰਨੀਆਂ ਤੁਸੀਂ ਉੱਥੋਂ ਇੱਕ ਲੈਣੀਆਂ, ਤੁਹਾਨੂੰ ਚਾਰ ਚਾਰ ਪੰਜ ਪੰਜ ਇੱਥੋਂ ਸੇਮ ਮਿਲ ਜਾਣੀਆਂ ਹੈਗੀਆਂ, ਤੁਹਾਡੇ ਪੈਸੇ ਕਾਫੀ ਬੱਚਤ ਹੋ ਜਾਣੀ ਆ। ਤੁਸੀਂ ਵੀ ਇਹਨਾਂ ਨੂੰ ਔਨਲਾਈਨ ਔਡਰ ਕਰ ਸਕਦੇ ਹੈਗੇ ਆ। ਸਟੋਕ ਕਾਫੀ ਹੈ, ਬੰਦੇ ਜਿੰਨੇ ਮਰਜ਼ੀ ਆ ਸ਼ੋਪਿੰਗ ਕਰਨ, ਸਾਡੇ ਕੋਲ ਸਮਾਨ ਨਹੀਂ ਮੁੱਕਦਾ। ਸੋ ਅੱਜ ਅਸੀਂ ਫਿਰ ਪਹੁੰਚ ਚੁੱਕੇ ਹਾਂ BMS ਫੈਸ਼ ਜਲੰਧਰ ਸ਼ਹਿਰ ਦੇ ਵਿੱਚ, ਜਿੱਥੇ ਕਿ ਇਹ ਪੰਜਾਬ ਦੇ ਸ਼ੌਕੀਨ ਮੁੰਡਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਕਿਉਂਕਿ BMS ਸਟੋਰ ਇੱਕ ਇਹੋ ਜਿਹਾ ਸਟੋਰ ਹੈਗਾ ਜਿੱਥੇ ਪੰਜਾਬ ਦੇ ਮੁੰਡੇ ਕੋਈ ਵੀ ਵੱਡਾ ਬ੍ਰਾਂਡ, ਕੋਈ ਵੀ ਉਹਨਾਂ ਦੀ ਪਸੰਦ ਦਾ ਕੋਈ ਵੀ ਜਿਹੜੀ ਕਿ ਚੀਜ਼ ਲੈਣਾ ਚਾਹੁੰਦੇ ਆ, ਟੀ ਸ਼ਰਟ, ਸ਼ਰਟ, ਜੀਨਸ ਜਾਂ ਹੁੱਡੀਆਂ ਵੀ ਲੈਣੀਆਂ ਚਾਹੁੰਦੇ ਆ, ਅਤੇ ਉਹ ਇੱਥੇ ਇਹਨਾਂ ਨੂੰ ਮਿਲ ਜਾਂਦੀਆਂ ਆ। ਪਿਛਲੇ ਸਮੇਂ ਦੇ ਵਿੱਚ ਸਰਦੀਆਂ ਦਾ ਮੌਸਮ ਲੰਘ ਕੇ ਗਿਆ ਆ, ਇੱਥੇ ਇਹਨਾਂ ਨੇ ਪੂਰੀ ਧੱਕ ਪਾਈ ਸੀ, ਅਤੇ ਪੰਜਾਬ ਦੇ ਇਕੱਲੇ ਇਕੱਲੇ ਕੋਨੇ ਤੋਂ ਕੀ ਇੰਡੀਆ ਦੇ ਇਕੱਲੇ ਇਕੱਲੇ ਕੋਨੇ ਤੋਂ ਲੋਕਾਂ ਨੇ ਇੱਥੇ ਆ ਕੇ ਸ਼ੋਪਿੰਗ ਕੀਤੀ। ਜੇਕਰ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਬਾਹਰਲੇ ਮੁਲਕਾਂ ਤੋਂ ਵੀ ਔਨਲਾਈਨ ਸ਼ੋਪਿੰਗ ਬਹੁਤ ਵੱਡੇ ਪੱਧਰ 'ਤੇ ਇੱਥੋਂ ਕੀਤੀ ਹੈਗੀ ਆ। ਪਹਿਲਾਂ ਇਹਨਾਂ ਦਾ ਇੱਕ ਥੱਲੇ ਸਟੋਰ ਸੀਗਾ, ਇਸ ਤੋਂ ਬਾਅਦ ਲੋਕਾਂ ਨੇ ਇੰਨਾ ਪਿਆਰ ਦਿੱਤਾ, ਦੂਜਾ ਸਟੋਰ ਖੋਲ੍ਹ ਲਿਆ, ਹੁਣ ਦੂਜੇ ਸਟੋਰ ਦੇ ਵਿੱਚ ਵੀ ਹਾਊਸ ਫੁੱਲ ਹੋਣ ਦੇ ਕਾਰਨ ਇੱਕ ਤੀਜਾ ਸਟੋਰ, ਤਿੰਨ ਮੰਜ਼ਲੀ ਸਟੋਰ ਜਿਹੜਾ BMS ਫੈਸ਼ਨ ਵੱਲੋਂ ਸ਼ੋਰਟਲੀ ਓਪਨ ਕੀਤਾ ਜਾ ਰਿਹਾ, ਜੋ ਕਿ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਉੱਥੇ ਬਹੁਤ ਵੱਡੇ ਫਾਇਦੇ ਲੋਕਾਂ ਦੇ ਹੋਣੇ ਹੈਗੇ ਆ। ਸੋ ਅੱਜ ਦੀ ਵਰਾਇਟੀ ਵੀ ਦੇਖਾਂਗੇ, ਗਰਮੀਆਂ ਦਾ ਮੌਸਮ ਹੈਗਾ, ਇਹਦੇ ਵਿੱਚ ਕਿਹੜੀ ਕਿਹੜੀ ਵਰਾਇਟੀ ਹੈ, ਕਿਉਂਕਿ ਇਹਨਾਂ ਦੀ ਇੱਕ ਗੱਲ ਤਾਂ ਹੈ ਜਦੋਂ ਵੀ ਇੱਥੇ ਅਸੀਂ ਆਉਂਦੇ ਹਾਂ ਵਰਾਇਟੀ ਹਰ ਵਾਰ ਵੱਖਰੀ ਹੁੰਦੀ ਆ, ਜਦੋਂ ਵੀਡੀਓ ਪਾਉਂਦੇ ਹਾਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆ ਕੇ ਫਾਇਦੇ ਲੈਂਦੇ ਹੈਗੇ ਆ। ਹੁਣ ਇੱਥੇ ਆਉਣ ਰੋਹਿਤ ਭਾਅ ਜੀ ਨਾਲ ਵੀ ਗੱਲ ਕਰਾਂਗੇ। ਭਾਅ ਜੀ ਕਿੱਦਾਂ, ਠੀਕ ਠਾਕ ਹੋ ਤੁਸੀਂ? ਵਧੀਆ ਜੀ। ਕਾਫੀ ਵੱਡਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਹੈਗਾ ਆ, ਪੰਜਾਬ ਦੇ ਲੋਕ ਇੱਥੋਂ ਆ ਕੇ ਫਾਇਦੇ ਲੈ ਰਹੇ ਆ, ਸਰਦੀਆਂ ਦਾ ਮੌਸਮ ਸੀ, ਬਹੁਤ ਵੱਡੇ ਪੱਧਰ 'ਤੇ ਇੱਥੇ ਲੋਕਾਂ ਨੇ ਆ ਕੇ ਸ਼ੋਪਿੰਗ ਕੀਤੀ ਆ, ਸਾਡੇ ਗੁਣ ਗਾ ਰਹੇ ਕਹਿੰਦੇ ਸਾਨੂੰ ਵਧੀਆ ਵਰਾਇਟੀ ਮਿਲਦੀ ਆ। ਸਮਰ ਸੀਜ਼ਨ ਸਟਾਰਟ ਹੈਗਾ ਆ, ਕਿੱਦਾਂ ਦੀ ਹੁਣ ਵਰਾਇਟੀ ਨਵੀਂ ਆ ਚੁੱਕੀ ਤੁਹਾਡੇ ਕੋਲ? ਸਮਰ ਸੀਜ਼ਨ ਵਿੱਚ ਸਾਡੇ ਕੋਲ ਸਾਰੀ ਵਰਾਇਟੀ ਆ ਪਹੁੰਚੀ ਹੈ, ਸਾਡੇ ਕੋਲ ਸ਼ਰਟ, ਟੀ ਸ਼ਰਟ, ਲੋਅਰ, ਜੀਨ ਔਰ ਆਪਣੇ ਹੈਂਡ ਬੈਗਸ ਵਗੈਰਾ ਸਾਰਾ ਕੁਝ ਪਹੁੰਚ ਚੁੱਕਿਆ ਸਾਡੇ ਕੋਲ। ਬਾਕੀ ਤੁਹਾਨੂੰ ਅੱਜ ਨਵੀਂ ਵਰਾਇਟੀ ਵੀ ਚੈੱਕ ਕਰਾ ਦੇਣੀ ਹੈ ਸਾਡੇ ਕੋਲ, ਹੁਣੇ ਨਵੀਂ ਵਰਾਇਟੀ ਆਈ ਹੈ ਜਸਟ ਹੁਣੇ, ਅਤੇ ਰੇਟ ਵਗੈਰਾ ਖਾਸ ਤੌਰ 'ਤੇ ਜਦੋਂ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਕਾਫੀ ਕਮੈਂਟ ਆਏ, ਜਿਹੜੇ ਪੰਜਾਬ ਤੋਂ ਇੰਡੀਆ ਤੋਂ ਲੋਕ ਆ ਉਹ ਤਾਂ ਦੂਰੋਂ ਦੂਰੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਵੀ ਇੱਥੇ ਆ ਰਹੇ ਹੈਗੇ, ਰਾਜਸਥਾਨ ਤੋਂ ਵੀ ਆ ਰਹੇ ਆ, ਜਿਹੜੇ ਵਿਦੇਸ਼ਾਂ ਵਿੱਚ ਬੈਠੇ ਆ ਉਹ ਔਨਲਾਈਨ ਸ਼ੋਪਿੰਗ ਥਾਨਾ ਜੁੜੇ ਹੋਏ ਆ, ਉਹ ਕਿੱਦਾਂ ਕਰ ਰਹੇ ਆ ਅਤੇ ਤੁਸੀਂ ਕੀ ਉਹਨਾਂ ਨੂੰ ਸਮਾਨ ਪਹੁੰਚਾ ਰਹੇ ਹੋ? ਹਾਂਜੀ ਹਾਂਜੀ, ਸਮਾਨ ਪਹੁੰਚਾ ਰਹੇ ਆ, ਮਤਲਬ ਕਿ ਜੋ ਸਾਡਾ ਸੀਗਾ ਔਨਲਾਈਨ ਸ਼ੋਪਿੰਗ ਦਾ ਕਿ ਆਪਣਾ ਵਟਸਐਪ ਕਰਕੇ ਸਾਨੂੰ ਸਿਲੈਕਟ ਕਰਾਉਣਾ ਵਗੈਰਾ ਸਾਰਾ ਉਸੇ ਤਰ੍ਹਾਂ ਹੋ ਰਿਹਾ ਪ੍ਰੋਸੈਸ, ਅਤੇ ਬਾਹਰ ਵੀ ਪਾਰਸਲ ਜਾ ਰਹੇ, ਇੰਡੀਆ 'ਚ ਵੀ ਜਾ ਰਹੇ ਪਾਰਸਲ ਆਪਣੇ। ਸੋ ਜੇ ਆਪਾਂ ਇਹਨਾਂ ਦੀ ਔਨਲਾਈਨ ਦੀ ਗੱਲ ਕਰੀਏ ਤਾਂ ਔਨਲਾਈਨ ਵੀ ਨੰਬਰ 1 ਹੈਗੇ ਆ, ਇਹਨਾਂ ਦੀ ਬਹੁਤ ਵਧੀਆ ਸਰਵਿਸ ਹੈਗੀ ਆ, ਜਿਹੜੇ ਲੋਕ ਬਾਹਰ ਬੈਠੇ ਹੈਗੇ ਆ ਜਿੱਥੇ ਉਹਨਾਂ ਦੇ ਜ਼ਿਆਦਾ ਪੈਸੇ ਲੱਗ ਰਹੇ, ਉਸ ਤੋਂ ਬਹੁਤ ਘੱਟ ਰੇਟਾਂ 'ਤੇ ਤੁਹਾਨੂੰ ਇੱਥੇ ਕੱਪੜੇ ਮਿਲਦੇ ਆ, ਤੁਸੀਂ ਔਨਲਾਈਨ ਵੀ ਇਹਨਾਂ ਨਾਲ ਜੁੜ ਸਕਦੇ, ਇਹਨਾਂ ਦਾ ਫੇਸਬੁੱਕ 'ਤੇ ਪੇਜ ਹੈਗਾ, ਇੰਸਟਾਗ੍ਰਾਮ 'ਤੇ ਪੇਜ ਹੈਗਾ ਅਤੇ ਸਾਡੀ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨੰਬਰਾਂ 'ਤੇ ਵਟਸਐਪ 'ਤੇ ਵੀ ਗੱਲ ਕਰ ਸਕਦੇ ਹੈਗੇ ਆ।
ਸ਼ਰਟਸ ਵੀ ਦਿਖਾਉਂਦੇ ਆ, ਟੀ-ਸ਼ਰਟ ਵੀ ਦਿਖਾਉਂਦੇ ਆ, ਲੋਅਰ ਦਿਖਾਉਂਦੇ ਆ, ਨਿੱਕਰ ਦਿਖਾਉਂਦੇ ਆ, ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਅੱਜ। ਚਲੋ ਅੱਜ ਦਿਖਾਉਂਦੇ ਆ ਤੁਹਾਨੂੰ। ਸੋ ਆਓ ਆਪਾਂ ਚੱਲਦੇ ਹੈਗੇ ਆ ਉੱਪਰਲੇ ਸਟੋਰ ਤੇ ਜਾਂਦੇ ਆ ਤੇ ਉੱਥੇ ਜਾ ਕੇ ਵੈਰਾਈਟੀ ਦੇਖਾਂਗੇ ਕੀ ਵੈਰਾਈਟੀ ਹੈਗੀ ਆ, ਕਿਉਂਕਿ ਜਦੋਂ ਅਸੀਂ ਆਉਂਦੇ ਆ ਹਰ ਵਾਰ ਵੈਰਾਈਟੀ ਵੱਖਰੀ ਹੁੰਦੀ ਆ। ਤੇ ਵੱਡੀ ਗੱਲ ਆ ਵੀ ਜਿੰਨੇ ਵੀ ਸਾਡੇ ਵੀਰ ਹੈਗੇ ਆ ਨੌਜਵਾਨ ਉਹ ਇੱਥੇ ਆ ਕੇ ਸ਼ਾਪਿੰਗ ਕਰ ਜਾਂਦੇ ਆ ਤੇ ਨਾਲ ਦੀ ਨਾਲ ਸਟਾਕ ਕਲੀਅਰ ਹੋ ਜਾਂਦਾ ਹੈਗਾ। ਹੁਣ ਇਸ ਵਾਰ ਵੀ ਤੁਸੀਂ ਵੇਖ ਸਕਦੇ ਆ ਕਾਫੀ ਦੂਰੋਂ ਸਾਡੇ ਵੀਰ ਆਏ ਹੈਗੇ ਆ ਸ਼ਾਪਿੰਗ ਕਰ ਕਰਕੇ ਇੱਥੋਂ ਜਾ ਰਹੇ ਆ। ਸੋ ਭਾਈ ਜਿਹੜਾ ਇਹ ਥੱਲੇ ਸਟਾਕ ਪਿਆ ਹੋਇਆ ਆ ਇਹ ਕੀ ਕੀ ਚੀਜ਼ ਹੈਗੀ ਜਿਹੜਾ ਤੁਸੀਂ ਅਜੇ ਤਾਂ ਹੇਠਾਂ ਹੀ ਅੱਜ ਲਾਇਆ ਹੋਇਆ ਸਾਰਾ ਕੁਝ? ਮਤਲਬ ਉੱਪਰ ਰਸ਼ ਹੋ ਜਾਂਦਾ ਨਾ, ਫਿਰ ਰੇਟ ਸਾਰਾ ਜਗ੍ਹਾ ਹੁੰਦੀ ਨਹੀਂ, ਫਿਰ ਸਾਰਾ ਇੱਧਰ ਹੀ ਰੇਟ ਲਗਾਉਣਾ ਪੈਂਦਾ ਸਾਨੂੰ। ਤੇ ਸਾਰਾ ਨਵਾਂ ਸਟਾਕ ਹੀ ਆਇਆ ਸੀਗਾ, ਫਰੈਸ਼ ਨਵਾਂ ਹੁਣੇ ਹੀ ਪਹੁੰਚਿਆ ਤੇ ਰੇਟ ਵਗੈਰਾ ਲੱਗ ਰਹੇ ਆ। ਸਾਡੇ ਕੋਲ ਸ਼ਰਟ ਹੈਗੀ ਆ, ਸ਼ਰਟ ਵਿੱਚ ਵੀ ਕਾਫੀ ਅਲੱਗ ਅਲੱਗ ਵਰਾਇਟੀ ਆ। ਸਾਡੇ ਕੋਲ ਇੱਕ ਬਰਬਰੀ ਦੀ ਸ਼ਰਟ ਪਹੁੰਚੀ ਹੋਈ ਆ। ਇੱਕ ਗੱਲ ਵਧੀਆ ਗੱਲ ਹੈਗੀ ਆ, ਜਦੋਂ ਤੁਸੀਂ ਸਟੋਰਾਂ ਤੇ ਜਾਂਦੇ ਹੋ ਹੋਰ ਕਿਤੇ ਤਾਂ ਜਦੋਂ ਇੱਕ ਵਾਰੀ ਆਰਡਰ ਆ ਜਾਂਦਾ ਤੇ ਉਹਦੇ ਨਾਲ ਹੀ ਮਹੀਨਾ ਮਹੀਨਾ ਲੰਘਾਉਣਾ ਪੈਂਦਾ। ਪਰ ਇੱਥੇ BMS ਫੈਸ਼ਨ ਦੀ ਐਡੀ ਜ਼ਿਆਦਾ ਸੇਲ ਹੈਗੀ ਆ, ਇੰਨੇ ਲੋਕਾਂ ਤੋਂ ਇਹਨਾਂ ਨੂੰ ਪਿਆਰ ਮਿਲ ਰਿਹਾ, ਰੋਜ਼ਾਨਾ ਹੀ ਇੱਥੇ ਜਿਹੜੇ ਕਿ ਵੱਡੇ ਪੱਧਰ ਦੇ ਆਰਡਰ ਆਉਂਦੇ ਆ, ਇੱਥੇ ਡਿਲੀਵਰੀਆਂ ਆਉਂਦੀਆਂ ਆ ਤੇ ਜਿੰਨਾ ਸਮਾਨ ਆਇਆ ਆ ਇਹ ਇੱਕ ਦਿਨ ਦੇ ਵਿੱਚ ਜਿਹੜਾ ਸਾਰਾ ਸੇਲ ਹੋ ਜਾਂਦਾ। ਇਹਦੇ ਵਿੱਚ ਭਾਅ ਜੀ ਕਿਹੜੀ ਕਿਹੜੀ ਵਰਾਇਟੀ ਆ? ਮਤਲਬ ਸਾਡੇ ਕੋਲ ਨਵੇਂ ਆਰਟੀਕਲ ਆ ਪਹੁੰਚੇ ਆ ਸ਼ਰਟਾਂ ਦੇ, ਕਾਫੀ ਸ਼ਰਟਾਂ ਦੀ ਵਰਾਇਟੀ ਆਈ। ਉਸ ਵਿੱਚ ਇੱਕ ਸ਼ਰਟ ਬਰਬਰੀ ਵਿੱਚ ਆਈ ਆ, ਤੁਹਾਨੂੰ ਪਹਿਲੇ ਉਹ ਦਿਖਾਉਂਦੇ ਆ। ਆਹ ਦੇਖੋ ਪਹਿਲੇ ਇੱਕ ਆਹ ਕਲਰ ਇੱਕ ਆਇਆ ਬਰਬਰੀ ਵਿੱਚ ਸ਼ਰਟ ਵਿੱਚ, ਉਹ ਕਾਫੀ ਸੋਹਣਾ ਪੀਸ ਆ। ਆਹ ਦੇਖੋ ਕਾਫੀ ਸੋਹਣਾ ਪੀਸ, ਨਵਾਂ ਪੀਸ ਇੱਕਦਮ ਪਹੁੰਚਿਆ, ਨਵਾਂ ਆਰਟੀਕਲ ਆ। ਇਹਨੂੰ ਕੋਈ ਪੁਰਾਣਾ ਆਰਟੀਕਲ, ਨਵਾਂ ਆਰਟੀਕਲ ਪਹੁੰਚਿਆ। ਇਸ ਵਿੱਚ ਤੁਹਾਨੂੰ ਕਲਰ ਮਿਲ ਜਾਊਗੇ, ਇਸ ਵਿੱਚ ਕਲਰ ਤੁਹਾਨੂੰ ਮਿਲੂਗੇ ਆਪਣਾ ਇੱਕ ਦੂਜਾ ਗ੍ਰੀਨ ਕਲਰ, ਠੀਕ ਹੈ ਜੀ, ਇੱਕ ਆਹ ਕਲਰ ਇੱਕ ਤੁਹਾਨੂੰ ਮਿਲੂਗਾ, ਇਸ ਵਿੱਚ ਬਲੂ ਕਲਰ, ਡਾਰਕ ਨੇਵੀ ਬਲੂ ਕਲਰ। ਇਹ ਬਈ ਸਾਈਜ਼ ਸਾਰੇ ਮਿਲ ਜਾਣੇ, ਜਿਵੇਂ ਮੀਡੀਅਮ, ਐਕਸਲ, ਡਬਲ ਐਕਸਲ ਤੋਂ ਉੱਪਰ ਇਸੇ ਸਾਰੇ ਸਾਈਜ਼ ਤੁਹਾਨੂੰ ਮਿਲ ਜਾਊਗੇ। ਤੇ ਇੱਕ ਆਪਣਾ ਇੱਕ ਚੈੱਕ ਵਿੱਚ ਆ ਪਹੁੰਚੀ ਹੈ ਸ਼ਰਟ ਸਾਡੇ ਕੋਲ, ਠੀਕ ਹੈ ਜੀ। ਚੈੱਕ ਵਿੱਚ ਕਾਫੀ ਵੈਰਾਈਟੀ ਆ ਚੁੱਕੀ ਹੈ, ਚੈੱਕ ਵਿੱਚ ਇੱਕ ਆਹ ਕਲਰ ਦਾ ਚੈੱਕ, ਚੈੱਕ ਤੇ ਵੀ ਸਦਾ ਬਾਹਰ ਚੀਜ਼ ਹੈ, ਇਹ ਅੱਜ ਤੱਕ ਵੀ ਇਹਦਾ ਫੈਸ਼ਨ ਚੱਲਦਾ ਆ ਰਿਹਾ। ਹੋਰ ਕਲਰ ਦਿਖਾ ਇਹਦੇ ਵਿੱਚ ਉਹਲਾ, ਹਾਂ ਇੱਕ ਇਹ ਜਿਹੜਾ ਤੁਹਾਨੂੰ ਅਸੀਂ ਇੱਥੇ ਵੈਰਾਈਟੀ ਦਿਖਾ ਰਹੇ ਹਾਂ, ਜਿਹੜੇ ਆਰਟੀਕਲ ਦਿਖਾ ਰਹੇ ਹਾਂ, ਹਜੇ ਸਿਰਫ 10 ਮਿੰਟ ਪਹਿਲਾਂ ਹਜੇ ਆਇਆ ਹੀ ਆ ਹਜੇ ਸਮਾਨ, ਤੇ ਇਹ ਤੁਹਾਨੂੰ ਦਿਖਾ ਰਹੇ ਹਾਂ। ਹਜੇ ਇਹਨਾਂ ਦੇ ਰੇਟ ਲਿਸਟ ਲੱਗਣੀ ਆ, ਹਜੇ ਡਿਸਪਲੇ ਵੀ ਹੋਣਾ ਆ, ਪਰ ਐਡਾ ਕੁ ਲੋਕਾਂ ਵੱਲੋਂ ਪਿਆਰ ਦਿੱਤਾ ਜਾਂਦਾ ਵੀ ਲੋਕ ਆ ਰਹੇ ਆ ਤੇ ਦਬਾ ਇੱਥੋਂ ਖਰੀਦੋ ਫਰੋਖਤ ਕਰਕੇ ਲੈ ਕੇ ਜਾ ਰਹੇ ਹੈਗੇ ਆ। ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਚੀਜ਼ਾਂ ਪਸੰਦ ਆ ਰਹੀਆਂ ਤੁਸੀਂ ਇੱਥੇ ਜ਼ਰੂਰ ਆਓ। BMS ਫੈਸ਼ਨ ਲੰਮਾ ਪਿੰਡ ਚੌਂਕ ਜਲੰਧਰ ਸ਼ਹਿਰ ਦੇ ਵਿੱਚ ਹੈਗਾ, ਸਕਰੀਨ 'ਤੇ ਨੰਬਰ ਆ ਰਿਹਾ, ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਆ। ਇੱਕ ਸਾਡੇ ਕੋਲ ਨਵਾਂ ਬਰਬਰੀ 'ਚ ਚੈੱਕ ਆਇਆ, ਇਸ ਵਿੱਚ ਕਲਰ ਤੁਹਾਨੂੰ ਮਿਲ ਜਾਊਗਾ, ਇੱਕ ਆਹ ਕਲਰ ਆਇਆ ਜੀ ਨਵਾਂ ਕਲਰ, ਠੀਕ ਹੈ ਜੀ। ਇੱਕ ਹੋਰ ਕਲਰ ਹੈ, ਇੱਕ ਆਹ ਕਲਰ ਤੁਹਾਨੂੰ ਮਿਲ ਜਾਊਗਾ, ਇੱਕ ਹੋਰ ਇੱਕ ਅਲੱਗ ਹੀ ਕਲਰ ਇੱਕਦਮ ਆਇਆ, ਆਹ ਦੇਖੋ ਜੀ ਇੱਕ ਹੋਰ ਵੀ ਵਧੀਆ ਕਲਰ ਹੈ, ਆਹ ਨੀਚੇ ਪਿਆ ਆਹ ਵਾਲਾ, ਇੱਕ ਆਹ ਚੀਜ਼ ਆਈ ਇਹਨੂੰ। ਇਹਦੇ ਵਿੱਚ ਤੁਹਾਨੂੰ ਸਾਈਜ਼ ਸਾਰੇ ਮਿਲ ਜਾਊਗੇ, ਅਤੇ ਚੈੱਕ ਨਵੇਂ ਹੀ ਹੈ, ਹੁਣੇ ਹੀ ਆਏ ਆ ਸਾਡੇ ਕੋਲ, ਇਸ ਵਿੱਚ ਤੁਹਾਨੂੰ ਸਾਰੀ ਕਲੈਕਸ਼ਨ ਮਿਲ ਜਾਊਗੀ। ਇੱਕ ਆ ਸਾਡੇ ਕੋਲ ਨਵੀਂ ਸ਼ਰਟ ਹੋਰ ਇੱਕ ਆ ਪਹੁੰਚੀ ਹੈ, ਡਬਲ ਪੋਕਿਟ ਸ਼ਰਟ, ਇੱਕਦਮ ਅਲੱਗ ਹੀ ਆਰਟੀਕਲ ਆ, ਇੱਕਦਮ ਵਧੀਆ ਆਰਟੀਕਲ, ਜੈਨੂਅਨ ਆਰਟੀਕਲ ਆ। ਇਸ ਵਿੱਚ ਤੁਹਾਨੂੰ ਦੋ ਕਲਰ ਮਿਲੂਗੇ, ਇੱਕ ਆਹ ਇੱਕ ਸਕਾਈ ਬਲੂ, ਇੱਕ ਆਹ ਚੀਜ਼ ਤੁਹਾਨੂੰ ਮਿਲੂਗੀ, ਨਵਾਂ ਹੀ ਪੀਸ ਹੈ, ਨਵਾਂ ਹੀ ਆਰਟੀਕਲ। ਇਹ ਤਾਂ ਅਜੇ ਤੱਕ ਤਾਂ ਕਿਸੇ ਦੇ ਪਾਈ ਵੀ ਨਹੀਂ ਦੇਖੀ ਹੈਗੀ, ਇਹ ਨਵੀਂ ਪੀਸ ਲੱਗਦਾ ਨਾ ਕੋਈ, ਜਿਵੇਂ ਹਜੇ ਨਵਾਂ ਹੀ ਡਿਜ਼ਾਈਨ ਆਇਆ ਹੋਵੇ। ਹਾਂਜੀ ਨਵਾਂ ਹੀ ਡਿਜ਼ਾਈਨ ਆ ਪਹੁੰਚਿਆ, BMS ਫੈਸ਼ਨ ਤੇ ਤੁਹਾਨੂੰ ਮਿਲੂਗਾ ਇਹ ਚੀਜ਼ ਆਰਟੀਕਲ। ਇਸ ਵਿੱਚ ਦੋ ਕਲਰ ਆ, ਬਾਕੀ ਤੁਹਾਨੂੰ ਸਾਈਜ਼ ਸਾਰੇ ਮਿਲ ਜਾਊਗੇ। ਭਾਈ ਤੁਸੀਂ ਇਹ ਸ਼ਰਟਾਂ ਦਾ ਦਿਖਾ ਦਿੱਤੀਆਂ, ਅੱਜ ਸ਼ਰਟਾਂ ਹੀ ਆਈਆਂ ਜਾਂ ਹੋਰ ਵੀ ਕੁਝ ਆਇਆ ਹੈਗਾ? ਹੋਰ ਵੀ ਕੁਝ ਆਇਆ, ਲੋਅਰ ਵੀ ਸਾਡੇ ਕੋਲ ਆਏ ਪਹੁੰਚੇ ਆ, ਤੇ ਲੋਅਰ ਵੀ ਤੁਹਾਨੂੰ ਦਿਖਾ ਦੇਣੇ, ਇੱਕ ਆਈਡਾਸ ਦਾ ਲੋਅਰ ਆਇਆ, ਬਹੁਤ ਹੀ ਵਧੀਆ ਕੁਆਲਿਟੀ, ਤੇ ਇਸ ਵਿੱਚ ਵੀ ਤੁਹਾਨੂੰ ਅਲੱਗ ਅਲੱਗ ਡਿਜ਼ਾਈਨ ਤੇ ਅਲੱਗ ਅਲੱਗ ਕਲਰ ਮਿਲੂਗੇ। ਇੱਕ ਉਹ ਜੋਰਡਨ ਦਾ, ਇੱਕ ਆਈਡਾਸ ਦਾ ਜੋਰਡਨ ਦਾ ਹੈਗਾ ਆਪਣਾ ਆਲਾ ਲੋਅਰ, ਵੀ ਵਧੀਆ ਹੈਗਾ, ਵਿੰਡ ਸ਼ਟਰ ਕੱਪੜਾ, ਅੰਦਰ ਨੈਟਿੰਗ ਪੂਰੀ ਹੋਈ ਹੋਈ ਹੈ ਇਹਦੀ, ਤੁਹਾਨੂੰ ਦਿਖਾ ਵੀ ਸਕਦੇ ਹਾਂ, ਇੱਕ ਆਹ ਵੀ ਕਲਰ ਮਿਲ ਜਾਊਗਾ, ਆਹ ਨੈਟਿੰਗ ਅੰਦਰ, ਠੀਕ ਹੈ, ਆਹ ਵਿੰਡ ਸ਼ਟਰ ਕੱਪੜਾ ਪੂਰਾ, ਠੀਕ ਹੈ। ਤੇ ਹੋਰ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਊਗੀ ਚੀਜ਼, ਆਹ ਚੀਜ਼ ਦੇਖੋ, ਆਹ ਵੀ ਸੋਹਣਾ ਕਲਰ, ਇਹ ਵੀ ਕਿਤੇ ਕਲਰ ਮਿਲਣਾ ਨਹੀਂ, ਨਾ ਆਉਂਦੇ ਇੱਦਾਂ ਦੇ ਕਲਰ। ਇੱਕ ਆਹ ਚੀਜ਼ ਦੇਖੋ, ਬਹੁਤ ਹੀ ਪਿਆਰੇ ਪੀਸ, ਬਹੁਤ ਹੀ ਪਿਆਰੀ ਆਰਟੀਕਲ ਹੈ, ਤੇ ਤੁਹਾਨੂੰ ਇਹ ਸਿਰਫ ਤੇ ਸਿਰਫ ਮਿਲੂਗੇ BMS ਫੈਸ਼ਨ ਤੇ। ਭਾਜੀ ਤੁਹਾਡੀ ਗੱਲ ਸਹੀ ਹੈ, ਹੋਰ ਕਿਤੇ ਸੱਚੀ ਨਹੀਂ ਮਿਲਦੇ ਹੈਗੇ ਇਹ ਜਿਹੜਾ ਤੁਸੀਂ ਕਰਦੇ ਹੈਗੇ ਆ, ਇਹਨੂੰ ਡਿਜ਼ਾਈਨ ਕਰਦੇ ਆ ਜਾਂ ਇਹਨੂੰ ਆਰਡਰ ਕਰਦੇ ਆ, ਫਿਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ, ਕਿੱਥੋਂ ਕਿੱਥੋਂ ਇਹ ਲੱਭ ਕੇ ਲਿਆਉਣੇ ਸਾਰਾ ਕੁਝ? ਭਾਈ ਅਲੱਗ ਅਲੱਗ ਜਗ੍ਹਾ ਜਾਣਾ ਪੈਂਦਾ, ਮਾਰਕੀਟਿੰਗ ਕਰਨੀ ਪੈਂਦੀ ਹੈ, ਕਸਟਮਰਸ ਦਾ ਟੇਸਟ ਦੇਖਣਾ ਪੈਂਦਾ, ਉਦਾਂ ਦਾ ਮਾਲ ਲਿਆਉਣਾ ਪੈਂਦਾ, ਪਰ ਕਾਫੀ ਟਾਈਮ ਲੱਗ ਜਾਂਦਾ ਸਰਚ ਕਰਦੇ ਕਰਦੇ ਲਿਆਉਂਦੇ ਲਿਆਉਂਦੇ, ਤੇ ਚੀਜ਼ ਕਿਉਂਕਿ ਸਾਡੇ ਦੂਰੋਂ ਵੀ ਕਸਟਮਰ ਕਾਫੀ ਆਉਂਦੇ ਆ, ਤੇ ਉਹ ਵੀ ਇਹੀ ਕਹਿੰਦੇ ਆ ਕਿ ਜੋ ਚੀਜ਼ ਤੁਹਾਡੇ ਇੱਥੇ ਮਿਲ ਜਾਂਦੀ ਹੈ ਉਹ ਹੋਰ ਕਿਤੇ ਮਿਲਦੀ ਨਹੀਂ। ਭਾਜੀ ਸ਼ਾਰਟਸ ਜਾਂ ਨਿੱਕਰਾਂ ਵੀ ਆਈਆਂ ਗਰਮੀਆਂ ਦੇ ਲਈ? ਹਾਂਜੀ ਨਿੱਕਰ ਵੀ ਸਾਡੇ ਕੋਲ ਆ ਪਹੁੰਚੀ ਹੈ, ਕਾਫੀ ਆਰਟੀਕਲ ਨਵੇਂ ਆ ਪਹੁੰਚੇ, ਆ ਦੇਖੋ ਇੱਕ ਆਹ ਨਵਾਂ ਆਰਟੀਕਲ ਸਾਡੇ ਕੋਲ ਆਇਆ, ਕਾਫੀ ਵਧੀਆ ਤੇ ਗਰਮੀਆਂ 'ਚ ਪਾਉਣ ਲਈ ਬਹੁਤ ਹੀ ਵਧੀਆ ਚੀਜ਼ ਹੈਗੀ ਹੈ, ਤੇ ਵਧੀਆ ਕੱਪੜੇ 'ਚ ਆਏ ਨਹੀਂ, ਕੋਈ ਨਾ ਨੋਰਮਲ ਕੱਪੜਾ ਲੱਗਾ ਹੋਵੇ, ਇੱਕ ਆਹ
तो इस तो बाद एक होर नवी वरायटी साढ़े को आई है, एक टी शर्ट आ पहुंची साढ़े को नवी आर्टिकल विच, बहुत ही सोहना पीस है, बहुत ही नवा आर्टिकल है। एक आ देखो जी आ टी शर्ट पहुंची है साढ़े को आके, ये तुम्हें अलग अलग कलर मिल जाऊंगे। एक आ कलर है बहुत ही सोहना आर्टिकल, बहुत ही सोहना कलर है। तो इस विच एक होर कलर, एक वाइट, ये वाइट तो मतलब कि कल ही सब का है बेस्ट कलर है। तो एक येलो कलर, ये एम टू डबल एक्सल मिल जाऊगी साइज, तो कलर तुम दिखाते आप। सो बाकी जो हजे तो असी स्टोर के जाना है, उपर स्टोर है, पर जो अभी लंघ रहे तो हजे नवा यह सारा स्टॉक आया। तुम शर्ट भी देख लिया, पजामे निकर टी शर्टा देख लिया, हजे नवा ही स्टॉक आया है, तुम यहाँ आके फायदा ले सकते हैं। वड्डी गल यह है बी एम एस फैशन स्टोर के जी वरायटी होंगी है सूँ होर कितों नहीं मिलती हैगी। जलंधर शहर के लखा ही लोग इन्हों जुड़े हुए है जेडे ऑनलाइन शॉपिंग करते हैं। ऑनलाइन शॉपिंग करने वाले भी वड्डी गल हैगी, तुसी इन्हों का इंस्टाग्राम पेज हैगा, फेसबुक हैगी, इन्हों के व्हाट्सएप नंबर स्क्रीन पर आ रहा है, इन्होंने नंबरों से संपर्क करके इन्हों गलबात करके इतों ऑनलाइन ऑर्डर भी कर सकते हैं। भाजी हम उपर चलते हैं तो सू दिखाओ जो होर कि वरायटी आई हैगी, आप भी देखते हैं। तो उपर जाके तो हर बार इन्हों को नवी वरायटी आ जाती है। तुम्हें दिखा दी एक नवी मतलब कि फॉर्मल च शर्ट साढ़े को पहुंची है, एक आ चीज़ आ पहुंची साढ़े को, देखो बहुत ही सोहना पीस है, बहुत ही सोहना आर्टिकल, ब्लैक तो वाइट बहुत ही सोहना है। जो मतलब फॉर्मल के पाने शौकीन है या अपना कितने पार्टी वगैरह पर जाना है किसी ने, तो उन्होंने भी साढ़े को एक आ शर्ट पहुंची आके, एक आ शर्ट आके पहुंची गुची की, बहुत ही सोहना पीस है, बहुत ही सोहना आर्टिकल है, बहुत ही सोहना कपड़ा, वधिया कपड़ा लगे, स्टफ है, कोई नॉर्मल स्टफ नहीं है। जो चीज़ साढ़े को मिल जानी वो कितने कितने नहीं मिली तुम्हें। जो लोग फैशन के दौर के अपने चा लाना चाहते भी असं भी ब्रांडेड कपड़े पा लिए है ना, जिमें हीरोज़ पाते मॉडल्स पाते जिमें सारे वर्ल्ड वाइड एक्टर्स पाते सू डिज़ाइन दिखा रहे हैं, ये थोड़े चा होर कि नहीं पूरे होने है। तुम बी एम एस फैशन स्टोर आ जाओ, थानू बहुत घट रेटा के ये कपड़े मिल जाने, तो तुम इनू जाके हाथ ला के देखोगे तो वरायटी यदि बहुत हाई हैगी। हूँ आप उपर चलते हैं तो वेखते हैं उपर जाके भी वरायटी, क्योंकि थानू जीन्स ट्राउ अपने पजामे होर भी दिखावे, तो नाल जी होर लेटैसट हैगी इतने वरायटी वह भी आप दिखाने। सो जो असं उपर भी आए हैं तो वेख सकते हैं कि हजे सारे ही ऑर्डर इतने नवे आए हुए हैं, सारे बैगों के बंद है, हजे डिस्प्ले होना उस तो बाद जो कि इन्होंने ये अगे सेल करने हैं। तो हूँ आप इधरले सैक्शन में आ गए, तुम देखा जो असं इतने आए थे तो यह पूरा जोड़ा कि स्टॉक हुडियां नाल भरया होया सी, सारे गर्म कपड़े सके, हूँ इतने सारा गर्मियों का जोड़ा स्टॉक नवा आ रहा है। भाजी इतने तुम हम की दिखाओगे सानू? तुहानू टी शर्ट्स दिखावे आप हाफ बाजू दियाँ, क्या साढ़े को नवा आर्टिकल आ पहुंचे, एक ओलो वाइट टी शर्ट से हैकर का हैगी चीज पीस है, अभी सोहना आर्टिकल है। इस भी तुम्हें एम टू डबल एक्सल साइज तो कलर सारे मिल जाओगे। एक आ यूएस पोलो का आर्टिकल, अभी काफ़ी सोहना आर्टिकल है, न्यू आर्टिकल ही है, हूँ ही पहुंचे साढ़े को भी। इस भी तुम्हें एम टू डबल एक्सल साइज तो कलर भी सारे मिल जाओगे। एक आ बर्बरी का आर्टिकल है कोलर का एम टू डबल एक्सल साइज, तो इस भी कलर सारे मिल जाओगे। वरायटी साढ़े को खत्म नहीं होंगी, जिन्हें देखो कड़ी जाने आप पीस आ देखो। ये तो दिखा रहे हो टॉमी का भी है, तुम दिखा रहे हो यह है कॉलर के राउंड भी है, राउंड के भी आ देखो काफ़ी वरायटी आई है, राउंड भी आ देखो नवा आर्टिकल बहुत सोहना पीस है। देखो ये भी तो सारे कलर तो साइज मिल जाऊंगे डबल एक्सल तक। तो एक आ भी चीज़ है देखो जी अंडर आर्मर का टी शर्ट, काफ़ी सोहना पीस ये भी है। एक आ देखो ਨੂੰ ਬਹੁਤ ਅੱਜ ਕੱਲ ਜਨਤਾ ਲਾਈਕ ਕਰ ਰਹੀ ਹੈ ਇਸ ਚੀਜ਼, ਇਹਨੂੰ ਬਹੁਤ ਲੋਕ ਪਸੰਦ ਕਰਦੇ ਸੀ ਜੀ। ਹਰ ਇੱਕ ਜਿਹੜਾ ਕਿ ਤੀਜੇ ਮੁੰਡੇ ਦਾ ਜੇ ਗੱਲ ਕਰੀ ਤਾਂ ਇਹ ਪਾਈ ਹੋਊਗੀ ਇਹੋ ਜਿਹੀਆਂ ਟੀ ਸ਼ਰਟ। ਫੋਰ ਐਵਰ ਚੀਜ਼ ਹੈ ਆਹ ਦੇਖੋ ਜੀ, ਐਡੀਡਾਸ ਫੋਰ ਐਵਰ ਚੀਜ਼ ਹੈ, ਅਤੇ ਇਹ 'ਚ ਵੀ ਸਾਡੇ ਕੋਲ ਆਰਟੀਕਲ ਸਾਰੇ ਪਹੁੰਚੇ, ਅਸੀਂ ਅਲੱਗ ਅਲੱਗ ਡਿਜ਼ਾਇਨ ਅਤੇ ਅਲੱਗ ਅਲੱਗ ਕਲਰ ਤੁਹਾਨੂੰ ਸਾਰੇ ਮਿਲ ਜਾਊਗੇ। ਦੇਖੋ ਟੋਮੀ ਵੀ ਸਾਡੇ ਕੋਲ, ਆਹ ਵੀ ਸੋਹਣੀ ਟੀ ਸ਼ਰਟ ਹੈ, ਵਧੀਆ ਆਰਟੀਕਲ ਹੈ, ਵਧੀਆ ਫੈਬਰਿਕ ਹੈ, ਅਤੇ ਇਸ ਵਿੱਚ ਵੀ ਤੁਹਾਨੂੰ ਕਲਰ ਵਗੈਰਾ ਸਾਰਾ ਕੁਝ ਮਿਲ ਜਾਊਗੇ। ਇੱਕ ਆਹ ਦੇਖੋ ਐਨ ਐਫ ਐਲ ਦੀ ਜਰਸੀ, ਆਹ ਵੀ ਕਾਫ਼ੀ ਵਧੀਆ, ਮਤਲਬ ਇਸਨੂੰ ਵੀ ਅੱਜ ਕੱਲ੍ਹ ਯੰਗਸਟਰ ਕਾਫ਼ੀ ਪਾਉਣ ਦੇ ਸ਼ੌਕੀਨ ਹੈ, ਅਤੇ ਇਸ ਨੂੰ ਕਾਫ਼ੀ ਵੇਅਰ ਕਰਦੇ, ਅਤੇ ਇਸ ਵਿੱਚ ਵੀ ਆਪ ਤੁਹਾਨੂੰ ਮਿਲ ਜਾਊਗੀ। ਅਤੇ ਇਸ ਵਿੱਚ ਇੱਕ ਹੋਰ ਵੀ ਆਰਟੀਕਲ ਹੈ ਬਟਨ ਸਟਾਈਲ, ਇਹਨੂੰ ਬੇਸਬੋਲ ਜਰਸੀ ਆਪਾਂ ਕਹਿ ਦਿੰਦੇ ਹਾਂ, ਆਹ ਵੀ ਤੁਹਾਨੂੰ ਮਿਲ ਜਾਊਗੀ ਸਾਡੇ ਬੀ ਐਮ ਐਸ ਫੈਸ਼ਨ ਸਟੋਰ 'ਤੇ। ਇੱਕ ਆਹ ਨਵਾਂ ਥੋੜ੍ਹਾ ਅਲੱਗ ਆਰਟੀਕਲ ਬਟਨ ਸਟਾਈਲ ਟੀ ਸ਼ਰਟ ਦਾ ਸਾਡੇ ਕੋਲ ਪਹੁੰਚ ਚੁੱਕਿਆ। ਇੱਕ ਆਹ ਚੀਜ਼ ਹੈ ਜੀ, ਇਹਦੇ ਵੀ ਤੁਹਾਨੂੰ ਅਲੱਗ ਅਲੱਗ ਰੰਗ, ਇੱਕ ਆਹ ਕਲਰ ਹੈ ਜੀ, ਇੱਕ ਆਹ ਕਲਰ ਤੁਹਾਨੂੰ ਮਿਲ ਜਾਊਗਾ ਗ੍ਰੀਨ ਕਲਰ, ਇੱਕ ਆ ਪਿੰਕ ਕਲਰ ਤੁਹਾਨੂੰ ਮਿਲ ਜਾਊਗਾ ਇਸ ਵਿੱਚ, ਇੱਕ ਆ ਵਾਈਟ ਕਲਰ ਮਿਲ ਜਾਊਗਾ ਤੁਹਾਨੂੰ ਇਸ ਵਿੱਚ। ਮਤਲਬ ਕਿ ਤੁਸੀਂ ਕਹਿ ਨਹੀਂ ਟੀ ਸ਼ਰਟ ਖੋਲਣਾ, ਆਪਾਂ ਟੀ ਸ਼ਰਟ ਅਲੱਗ ਅਲੱਗ ਖੋਲੀਆਂ, ਸਾਡੀ ਵਰਾਇਟੀ ਨਹੀਂ ਖਤਮ ਹੁੰਦੀ, ਵਰਾਇਟੀ ਸਾਡੇ ਕੋਲ ਵਾਧੂ ਪਈ ਹੋਈ ਹੈ। ਇੱਕ ਆਹ ਚੀਜ਼ ਟੀ ਸ਼ਰਟ ਨੂੰ ਵੀ ਸਾਡੇ ਕੋਲ ਸਟੋਕ 'ਚ ਆ ਪਹੁੰਚੀ ਹੈ, ਇਹਦੇ ਵਿੱਚ ਤੁਹਾਨੂੰ ਅਲੱਗ ਇੱਕ ਆਹ ਦੇਖੋ ਜੀ ਜਸਟ ਟੂ ਇਟ ਦਾ ਨਾਈਕ ਦਾ ਟੀ ਸ਼ਰਟ ਤੁਹਾਨੂੰ ਮਿਲ ਜੂਗੀ ਇਸ ਵਿੱਚ, ਅਤੇ ਹੋਰ ਵੀ ਸਾਡੇ ਕੋਲ ਅਲੱਗ ਅਲੱਗ ਟੀ ਸ਼ਰਟ ਅਲੱਗ ਅਲੱਗ ਚੀਜ਼ਾਂ ਸਾਰੀ ਸਾਡੇ ਕੋਲ ਪਈ ਹੈ। ये जो थानू सारा ही माल दिखा रहे हैं, सारा फ्रैश स्टॉक है, हजे
ਹੁਣੇ ਸਟਾਕ ਆਇਆ ਹੈਗਾ ਸੋ ਤੁਸੀਂ ਜਲਦੀ ਜਲਦੀ ਇੱਥੇ ਵਿਜ਼ਿਟ ਜ਼ਰੂਰ ਕਰੋ ਜਿਹੜਾ ਕਿ ਇਹ ਹੈਗਾ ਬੀ ਐਮ ਐਸ ਫੈਸ਼ਨ ਸਟੋਰ ਕਿਸ਼ਨਪੁਰਾ ਚੌਂਕ ਜਲੰਧਰ ਦੇ ਵਿੱਚ ਸਥਿਤ ਹੈਗਾ ਇਸੇ ਨੰਬਰ ਸਕਰੀਨ 'ਤੇ ਆ ਰਹੇ ਹੈਗੇ ਆ ਬਾਰ ਆਪਾਂ ਇਸ ਲਈ ਕਹਿੰਦੇ ਤੁਸੀਂ ਇੰਸਟਾਗ੍ਰਾਮ 'ਤੇ ਜ਼ਰੂਰ ਜਾਓ ਕਿਉਂਕਿ ਜਿਹੜੇ ਆਊਟ ਆਫ ਇੰਡੀਆ ਹੈਗੇ ਆ ਬਾਹਰਲੇ ਮੁਲਕਾਂ 'ਚ ਬੈਠੇ ਆ ਉਹਨਾਂ ਨੂੰ ਪਤਾ ਇਹਨਾਂ ਦੀ ਕੀ ਕੀਮਤ ਹੈਗੀ ਆ ਪਰ ਤੁਹਾਨੂੰ ਜਿੰਨੀਆਂ ਤੁਸੀਂ ਉੱਥੋਂ ਇੱਕ ਲੈਣੀਆਂ ਤੁਹਾਨੂੰ ਚਾਰ ਚਾਰ ਪੰਜ ਪੰਜ ਇੱਥੋਂ ਸੇਮ ਮਿਲ ਜਾਣੀ ਹੈਗੀ ਆ ਤੁਹਾਡੇ ਪੈਸੇ ਕਾਫੀ ਬਚਤ ਹੋ ਜਾਣੀ ਆ ਤੁਸੀਂ ਵੀ ਇਹਨਾਂ ਨੂੰ ਆਨਲਾਈਨ ਆਰਡਰ ਕਰ ਸਕਦੇ ਹੈਗੇ ਆ ਭਾਈ ਟੀ ਸ਼ਰਟਸ ਵੀ ਦੇਖ ਲਈਆਂ ਸ਼ਰਟ ਵੀ ਦੇਖੀਆਂ ਜੋ ਨਵਾਂ ਆਇਆ ਤੁਸੀਂ ਦਿਖਾ ਦਿੱਤਾ ਨਾ ਜੀਨਸ ਦੀਆਂ ਪੈਂਟ ਅਤੇ ਲੋਅਰ ਅਤੇ ਹੋਰ ਥੋੜ੍ਹਾ ਜਿਹਾ ਸਾਨੂੰ ਕੁਛ ਦਿਖਾ ਦਿਓ ਤੁਸੀਂ ਅੱਜ ਉਸ ਸਾਈਡ ਤੁਹਾਨੂੰ ਦਿਖਾ ਦਿੰਦੇ ਹੋ ਉਸ ਸਾਈਡ ਹੋਰ ਵੀ ਸਾਰੇ ਆਓ ਆਪਾਂ ਹੁਣ ਚੱਲਦੇ ਹੈਗੇ ਤਾਂ ਇੱਧਰ ਵੀ ਜਾ ਕੇ ਦੇਖਦੇ ਹਾਂ ਵੀ ਕਿਹੜਾ ਕਿਹੜਾ ਜਿਹੜਾ ਇੱਥੇ ਸਟਾਕ ਹੈਗਾ ਆਪਾਂ ਉਧਰਲੇ ਸੈਕਸ਼ਨ 'ਚ ਜਾ ਕੇ ਦੇਖਦੇ ਹਾਂ ਕਿਉਂਕਿ ਇੱਥੇ ਵੱਖ ਵੱਖ ਸੈਕਸ਼ਨ ਬਣੇ ਹੋਏ ਆ ਤੁਸੀਂ ਜਿਹੜੀ ਵੀ ਚੀਜ਼ ਲੈਣੀ ਆ ਉਹ ਲੈ ਸਕਦੇ ਹੈਗੇ ਆ ਭਾਜੀ ਜਿਹੜੇ ਆਹ ਬਾਕਸ ਬਣੇ ਹੈਗੇ ਇਹ ਕੀ ਹੈਗੇ ਆ ਇਹ ਭਾਜੀ ਆਪਣੇ ਬਾਹਰ ਜਾ ਰਹੇ ਆ ਪਾਰਸਲ ਠੀਕ ਹੈ ਜੀ ਅਲੱਗ ਅਲੱਗ ਕੰਟਰੀ ਜਾ ਰਹੇ ਆਪਣੇ ਇੱਕ ਆਹ ਭਾਜੀ ਜਾ ਰਹੇ ਆਪਣਾ ਕੈਲੀਫੋਰਨੀਆ ਕੈਲੀਫੋਰਨੀਆ ਜਾ ਰਹੇ ਆ ਯੂ ਐਸ ਏ ਠੀਕ ਹੈ ਜੀ ਇੱਕ ਆਪਣਾ ਇੱਕ ਆਹ ਪਾਰਸਲ ਹੈ ਇੱਕ ਆਪਣਾ ਆਹ ਪਾਰਸਲ ਹੈਗਾ ਸੋ ਵਾਕਈ ਬਹੁਤ ਵੱਡੀਆਂ ਇਹਨਾਂ ਵੱਲੋਂ ਡੀਲਸ ਆਫਰ ਦਿੱਤੀਆਂ ਜਾ ਰਹੀਆਂ ਆ ਹੁਣ ਤੁਹਾਨੂੰ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਾ ਕੇ ਇੰਡੀਆ ਆਉਣ ਦੀ ਨਹੀਂ ਲੋੜ ਹੁਣ ਤੁਹਾਨੂੰ ਆਪਣੇ ਮਾਮਿਆਂ ਤਾਇਆਂ ਚਾਚਿਆਂ ਨੂੰ ਇੱਥੇ ਭੇਜਣ ਦੀ ਵੀ ਨਹੀਂ ਲੋੜ ਸਿਰਫ ਤੁਸੀਂ ਸਿੱਧਾ ਇਹਨਾਂ ਨਾਲ ਗੱਲ ਕਰਨੀ ਆ ਇੰਸਟਾਗ੍ਰਾਮ ਪੇਜ 'ਤੇ ਜਾਣਾ ਵਟਸਐਪ ਨੰਬਰ 'ਤੇ ਇਹਨਾਂ ਨਾਲ ਫੋਨ 'ਤੇ ਗੱਲ ਕਰ ਲੈਣੀ ਆ ਇੱਦਾਂ ਦੇ ਬਾਕਸ ਬਣ ਬਣ ਕੇ ਤੁਹਾਡੇ ਘਰਾਂ ਦੇ ਵਿੱਚ ਚੱਲ ਜਾਣੇ ਚਾਹੇ ਤੁਸੀਂ ਅਮਰੀਕਾ ਆ ਕੈਨੇਡਾ ਆ ਯੂਕੇ ਹੋ ਆਸਟ੍ਰੇਲੀਆ ਆ ਨਿਊਜ਼ੀਲੈਂਡ ਆ ਜਾਂ ਯੂਰਪ ਦੇ ਕਿਸੇ ਵੀ ਦੇਸ਼ 'ਚ ਹੈਗੇ ਆ ਵਰਲਡਵਾਈਡ ਕਿਸੇ ਪਾਸੇ ਵੀ ਤੁਸੀਂ ਬੈਠੇ ਆ ਤੁਸੀਂ ਬੀ ਐਮ ਐਸ ਫੈਸ਼ਨ ਤੋਂ ਸ਼ੋਪਿੰਗ ਕਰ ਸਕਦੇ ਹੈਗੇ ਆ ਆਹ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਇਹ ਹੈਗਾ ਆ ਕੈਨੇਡਾ ਜਾ ਰਿਹਾ ਹੈਗਾ ਆ ਇਹ ਹੈਗਾ ਕੈਲੀਫੋਰਨੀਆ ਅਮਰੀਕਾ ਜਾ ਰਿਹਾ ਹੈਗਾ ਆ ਆਹ ਆਪਾਂ ਦੇਖ ਲੈਂਦੇ ਹੈਗੇ ਹਾਂ ਆਹ ਵੀ ਜਿਹੜਾ ਕਿ ਕੈਨੇਡਾ ਜਾ ਰਿਹਾ ਹੈਗਾ ਜਤਿੰਦਰ ਸਿੰਘ ਥਾਂਧੀ ਜੀ ਦਾ ਅਤੇ ਇੱਧਰ ਵੀ ਤੁਸੀਂ ਵੇਖ ਸਕਦੇ ਹੈਗੇ ਇਹ ਯੂ ਕੇ ਜਾ ਰਿਹਾ ਆ ਸੋ ਵੱਖ ਵੱਖ ਕੰਟਰੀਆਂ ਨੂੰ ਆਹ ਆਸਟ੍ਰੇਲੀਆ ਜਾ ਰਿਹਾ ਆ ਸਾਰੀਆਂ ਕੰਟਰੀਆਂ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਕਿ ਕੱਪੜੇ ਭੇਜੇ ਜਾਂਦੇ ਆ ਤੁਸੀਂ ਇੱਥੋਂ ਸ਼ੋਪਿੰਗ ਕਰ ਸਕਦੇ ਹੈਗੇ ਆ ਭਾਜੀ ਇਹ ਤਾਂ ਤੁਸੀਂ ਦਿਖਾਇਆ ਸੀ ਵੀ ਜਿਹੜਾ ਵਰਲਡਵਾਈਡ ਕਿਤੇ ਬਾਹਰਲੇ ਮੁਲਕਾਂ 'ਚ ਕਰਦੇ ਆ ਜੇਕਰ ਇੰਡੀਆ ਦੇ ਵਿੱਚ ਹੈਗੇ ਭਾਵੇਂ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਨਾ ਕਿਸੇ ਵੀ ਸ਼ਹਿਰ ਜਾਂ ਕਿਸੇ ਵੀ ਸਟੇਟ 'ਚ ਹੈਗੇ ਆ ਉਹ ਵੀ ਸ਼ੋਪਿੰਗ ਕਰ ਸਕਦੇ ਤਾਂ ਆਨਲਾਈਨ ਹਾਂਜੀ ਹਾਂਜੀ ਉਹ ਵੀ ਕਰ ਸਕਦੇ ਆ ਸਾਡੇ ਕੋਲ ਪਾਰਸਲ ਰੈਡੀ ਉਹਨਾਂ ਦੇ ਵੀ ਆ ਦੇਖੋ ਜਾ ਰਹੇ ਸਾਰੇ ਇੰਡੀਆ ਹੀ ਜਾ ਰਹੇ ਆ ਦੇਖੋ ਆ ਦੇਖੋ ਸਾਰੇ ਪਾਰਸਲ ਇੰਡੀਆ ਹੀ ਜਾ ਰਹੇ ਆ ਅੱਜ ਆਪਾਂ ਤੁਹਾਨੂੰ ਦਿਖਾ ਦਿੰਦੇ ਇਹ ਹੈਗਾ ਆ ਅੰਮ੍ਰਿਤਪਾਲ ਸਿੰਘ ਬਠਿੰਡਾ ਬਠਿੰਡਾ ਤੋਂ ਇਹਨਾਂ ਨੇ ਸ਼ੋਪਿੰਗ ਕੀਤੀ ਆ ਬਠਿੰਡੇ ਭੇਜਿਆ ਜਾ ਰਿਹਾ ਹੈਗਾ ਆ ਆਹ ਜਿਹੜਾ ਹੈਗਾ ਆ ਹਰਮਨ ਸਿੰਘ ਬਰਨਾਲੇ ਭੇਜਿਆ ਜਾ ਰਿਹਾ ਹੈਗਾ ਆ ਅੱਗੇ ਆਪਾਂ ਦੇਖ ਲਈਏ ਤਾਂ ਇਹ ਜਿਹੜਾ ਹੈਗਾ ਆ ਮਾਨਸਾ ਇਹ ਭੇਜਿਆ ਜਾ ਰਿਹਾ ਸੋ ਕਹਿਣ ਤੋਂ ਭਾਵ ਤੁਸੀਂ ਕਿਸੇ ਪਾਸੇ ਬੈਠੇ ਆ ਤੁਹਾਨੂੰ ਕੋਈ ਵੀ ਚੀਜ਼ ਆਰਟੀਕਲ ਪਸੰਦ ਹੈਗਾ ਇਸ ਵੀਡੀਓ ਦੇ ਵਿੱਚ ਵੀ ਜੇ ਪਸੰਦ ਹੈਗਾ ਤੁਸੀਂ ਸਕਰੀਨਸ਼ਾਟ ਲੈ ਲਓ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਬੀ ਐਮ ਐਸ ਫੈਸ਼ਨ ਦੀ ਹੈਗੀ ਆ ਭਾਈ ਜੀਨਸ ਦੀ ਕਿਹੜੀ ਕਿਹੜੀ ਵਰਾਇਟੀ ਹੈ ਉਹ ਦਿਖਾ ਦਿਓ ਜੀਨਸ ਵਿੱਚ ਵੀ ਆ ਸਾਡੇ ਕੋਲ ਨਵਾਂ ਆਰਟੀਕਲ ਇੱਕ ਪਹੁੰਚਿਆ ਹੋਇਆ ਕਟਿੰਗ 'ਚ ਕਟਿੰਗ 'ਚ ਸਟੇਟ ਪੈਂਟ ਸਾਡੇ ਕੋਲ ਆ ਪਹੁੰਚੀ ਆ ਨਵਾਂ ਆਰਟੀਕਲ ਇਸ ਵਿੱਚ ਤੁਹਾਨੂੰ ਅਲੱਗ ਅਲੱਗ ਕਲਰ ਮਿਲ ਜਾਊਗੇ ਕਾ ਚੀਜ਼ ਸਾਡੇ ਕੋਲ ਆ ਪਹੁੰਚੀ ਹੈ ਕਾ ਕਲਰ ਤੁਹਾਨੂੰ ਮਿਲ ਜਾਊਗਾ ਉਸ ਵਿੱਚ ਤੁਸੀਂ ਭਾਈ ਥੱਲੇ ਦਿਖਾ ਰਹੇ ਸੀਗੇ ਲੋਅਰ ਦਿਖਾ ਰਹੇ ਸੀ ਪਜਾਮੇ ਦਿਖਾ ਰਹੇ ਸੀ ਤੁਸੀਂ ਕਹਿੰਦੇ ਨਵਾਂ ਆਇਆ ਪਰ ਇਹ ਤਾਂ ਉੱਦਾਂ ਹੀ ਓਵਰਲੋਡਡ ਇੱਥੇ ਫੁੱਲ ਹੈਗਾ ਸਾਰਾ ਕੁਝ ਇੰਨਾ ਤੁਸੀਂ ਓਵਰ ਸਟਾਕ ਜਮ੍ਹਾਂ ਕਰ ਰਹੇ ਹੋ ਸਟਾਕ ਕਾਫੀ ਹੈ ਬੰਦੇ ਜਿੰਨੇ ਮਰਜ਼ੀ ਆ ਸ਼ੋਪਿੰਗ ਕਰ ਰਹੇ ਸਾਡੇ ਕੋਲ ਸਮਾਨ ਨਹੀਂ ਮੁੱਕਦਾ ਤੁਹਾਡੇ ਤੁਹਾਨੂੰ ਥੱਲੇ ਵੀ ਸਮਾਨ ਦਿਖਾਇਆ ਕਾਫੀ ਪਿਆ ਹੋਇਆ ਸੀਗਾ ਆਹ ਵੀ ਤੁਹਾਡੇ ਕੋਲ ਕਾਫੀ ਆਹ ਵੀ ਨਵੇਂ ਆਰਟੀਕਲ ਹੀ ਹੈ ਸਾਰੇ ਤੁਹਾਨੂੰ ਆਹ ਫਲੋਰ ਮਿਲ ਜਾਊਗੇ ਕਾਫੀ ਹੈ ਸਾਡੇ ਕੋਲ ਵਰਾਇਟੀ ਲਵਾਈ ਹੋਣੀ ਵੀ ਇੱਧਰ ਟੀ ਸ਼ਰਟਸ ਅਜੇ ਕਰ ਰਹੇ ਹੈਗੇ ਪੈਕਿੰਗ ਕਰ ਰਹੇ ਆ ਸੋ ਜਿਹੜਾ ਇਹ ਵੀ ਲੇਟੈਸਟ ਆ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਵੀ ਸਾਰੇ ਪਾਸੇ ਓਵਰ ਖਲਾਰਾ ਪਿਆ ਆ ਖਲਾਰਾ ਪੈਣ ਦਾ ਕਾਰਨ ਇਹ ਆ ਵੀ ਦੂਰੋਂ ਦੂਰੋਂ ਜਿਹੜੇ ਸਾਡੇ ਵੀਰ ਆ ਕੇ ਇੱਥੇ ਸ਼ੋਪਿੰਗ ਕਰਦੇ ਜਿਸ ਕਾਰਨ ਇੱਥੇ ਕਾਫੀ ਵਧੀਆ ਪ੍ਰਾਈਸ ਦੇ ਵਿੱਚ ਵਰਾਇਟੀ ਮਿਲਦੀ ਪਰ ਜਿਹੜੀ ਕੈਪ ਪਈਆਂ ਇਹਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਤੁਹਾਡੇ ਕੋਲ ਹੈਗੇ ਆ ਸਾਡੇ ਕੋਲ ਸਾਰੇ ਆਰਟੀਕਲ ਮੇਰੇ ਕੋਲ ਨਾਈਕ ਦੇ ਹੈਗੇ ਸਾਡੇ ਕੋਲ ਐਡੀਡਾਸ ਦੇ ਆ ਜੋਰਡਨ ਦਾ ਐਲਵੀ ਦਾ ਪਿਆ ਆਫ ਵਾਈਟ ਦੇ ਪਏ ਹੋਏ ਆਰਟੀਕਲ ਗੂਚੀ ਦੇ ਵੀ ਆਰਟੀਕਲ ਸਾਡੇ ਕੋਲ ਪਏ ਹੋਏ ਆ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਪਈ ਹੋਈ ਹੈ ਹਰ ਤਰ੍ਹਾਂ ਦੀ ਕੈਪ ਵੀ ਅਵੇਲੇਬਲ ਆ ਸਾਡੇ ਕੋਲ ਜੋ ਵੀ ਬ੍ਰਾਂਡ ਕਹੋਗੇ ਤੁਹਾਨੂੰ ਮਿਲ ਜਾਊਗਾ ਤੁਸੀਂ ਕੱਪੜੇ ਲੈਣ ਆਓ ਕੈਪ ਵੀ ਮਿਲ ਜਾਣੀ ਹੈ ਬੈਲਟ ਵੀ ਮਿਲ ਜਾਣੀ ਜਾਂਦੇ ਹੋ ਤੁਹਾਨੂੰ ਪਰਫਿਊਮ ਵੀ ਮਿਲ ਜਾਣਾ ਭਾਵੇਂ ਛਿੜ ਕੇ ਮਹਿਕਦੇ ਜਾਓ ਆਪਣੇ ਘਰ ਤੱਕ ਹਨਾ ਸੋ ਸਾਰਾ ਕੁਝ ਇੱਥੋਂ ਤੁਹਾਨੂੰ ਮਿਲ ਜਾਣਾ ਹੈਗਾ ਬੀ ਐਮ ਐਸ ਫੈਸ਼ਨ ਕਿਸ਼ਨਪੁਰਾ ਚੌਂਕ ਜਲੰਧਰ ਦੇ ਵਿੱਚ ਹੈਗਾ ਆ ਤੁਸੀਂ ਦੇਖਿਆ ਤੁਸੀਂ ਵਰਲਡਵਾਈਡ ਕਿਸੇ ਵੀ ਦੇਸ਼ 'ਚ ਹੈਗੇ ਆ ਤੁਸੀਂ ਆਨਲਾਈਨ ਸ਼ੋਪਿੰਗ ਕਰ ਲਓ ਇਹਨਾਂ ਤੋਂ ਇੰਸਟਾਗ੍ਰਾਮ 'ਤੇ ਤੁਹਾਨੂੰ ਘਰ ਪਹੁੰਚਾ ਦਿੰਦੇ ਆ ਪੰਜਾਬ ਦੇ ਵਿੱਚ ਹੈਗੇ ਆ ਜਾਂ ਇੰਡੀਆ ਦੀ ਕਿਸੇ ਸਟੇਟ 'ਚ ਹੈਗੇ ਤੁਹਾਨੂੰ ਘਰ ਪਹੁੰਚਾ ਦਿੰਦੇ ਆ ਤੁਸੀਂ ਪੇਜ ਨੂੰ ਲਾਈਕ ਕਰ ਲਓ ਜਿੰਨੇ ਵੀ ਆਰਟੀਕਲ ਦਿਖਾਏ ਆ ਤੁਸੀਂ ਇਸ ਨੂੰ ਸਕਰੀਨਸ਼ਾਟ ਲੈ ਕੇ ਇਹਨਾਂ ਦੇ ਵਟਸਐਪ ਨੰਬਰ 'ਤੇ ਭੇਜੋ ਤਾਂ ਇਹ ਵੀ ਤੁਹਾਨੂੰ ਘਰ ਪਹੁੰਚਾ ਦੇਣਗੇ ਸੋ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਸਾਡੀ ਸਕਰੀਨ 'ਤੇ ਜਿਹੜੇ ਨੰਬਰ ਆ ਇਹਨਾਂ ਨੰਬਰਾਂ 'ਤੇ ਤੁਸੀਂ ਸਿੱਧੀ ਰੋਹਿਤ ਭਾਈ ਨਾਲ ਗੱਲ ਕਰ ਸਕਦੇ ਹੋ ਤਾਂ ਜੋ ਕਿ ਸਾਰਾ ਕੁਝ ਕਲੀਅਰ ਹੋ ਸਕੇ ਕੈਮਰਾਮੈਨ ਜੱਸੀ ਸੈਂਟ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਝ ਟੀਵੀ ਜਲੰਧਰ